ਹੁਣ ਜਿੱਦਾਂ ਐਮਸੀ ਵਗੈਰਾ ਵੀ ਅੰਦਰ ਖੜੀ ਰਹੀ ਆ ਲੰਘ ਰਹੀ ਆ ਉਹਨਾਂ ਨੂੰ ਇਦਾਂ ਦਾ ਹੈ ਨਹੀਂ ਕਰਦੇ ਅਸੀਂ ਉਹਨਾਂ ਨੂੰ ਪਾਈਏ ਜਾਂ ਕੋਈ ਸਾਨੂੰ ਖੜ ਕੇ ਸਵਾਸ ਨਹੀਂ ਦੇ ਜਾਣ ਬਈ ਭਾਈ ਕੋਈ ਸਮੱਸਿਆ ਹੈ ਮੋਰੇ ਸਾਡੀ ਆ ਹੈਗੀ ਆ ਵੀ ਇੰਨਾ ਕੁ ਟਾਈਮ ਲੱਗਾ ਕੋਈ ਇਦਾਂ ਦਾ ਆਇਆ ਨਹੀਂ ਛੋਟੇ ਛੋਟੀਆਂ ਸਮੱਸਿਆਵਾਂ ਨਾ ਸਰਕਾਰ ਦੀਆਂ ਪੋਲ ਖੋਲਦੀਆਂ ਜਿਹੜੀ ਸਰਕਾਰ ਡਿਜੀਟਲ ਇੰਡੀਆ ਦੀ ਗੱਲ ਕਰਦੀ ਆ ਪੇਪਰਾਂ ਤੇ ਡਿਜੀਟਲ ਲਿਖਿਆ ਜਾਂਦਾ ਆ ਤੇ ਜੇ ਗਰਾਊਂਡ ਲੈਵਲ ਤੇ ਦੇਖਿਆ ਜਾਵੇ ਅੱਜ ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਸ਼ਹਿਰ ਦੇ ਔਰ ਹਲਕੇ ਦੇ ਮੁੱਖ ਅਫਸਰ ਆ ਉਹਨਾਂ ਦੇ ਮੋਹਰੇ ਸੀਵਰੇਜ ਲੀਕੇਜ ਆ ਇੱਥੇ ਕੋਈ ਜਿਹੜਾ ਇਹਦਾ ਹੱਲ ਨਹੀਂ ਕੀਤਾ ਔਰ ਇੱਥੇ ਤੱਕ ਕਿ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੇ ਇਹਨੂੰ ਸਧਾਰਨਾਂ ਦਾ ਦੂਰ ਦੀ ਗੱਲ ਸੀ ਇਹਨੂੰ ਦੇਖਣਾ ਵੀ ਕੋਈ ਇਹਨਾਂ ਨੇ ਕੋਈ ਚੰਗਾ ਨਹੀਂ ਸਮਝਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਮਨਦੀਪ ਸਿੰਘ ਗੜੀ ਤੇ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਹਰੇਕ ਪਾਰਟੀ ਕੋਈ ਵੀ ਰਵਾਇਤੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਉਂਦੀ ਆ ਤਾਂ ਡਿਵੈਲਪਮੈਂਟ ਦੀਆਂ ਗੱਲਾਂ ਕਰਦੀ ਆ ਪਰ ਡਿਵੈਲਪਮੈਂਟ ਦਾ ਚਿਹਰਾ ਨੰਗਾ ਉਦੋਂ ਹੋ ਜਾਂਦਾ ਜਦੋਂ ਲੋਕਾਂ ਨੂੰ ਆਮ ਸਹੂਲਤਾਂ ਦੇ ਲਈ ਜਿਹੜਾ ਆ ਉਹ ਲੜਨਾ ਪੈਂਦਾ ਆ ਸੋ ਅੱਜ ਅਸੀਂ ਪਹੁੰਚੇ ਹਾਂ ਬਲਾਚੌਰ ਦੇ ਵਿੱਚ ਗੜਸ਼ੰਕਰ ਰੋਡ ਤੇ ਜੇਕੇ ਮੋਟਰਸ ਹੈਗੇ ਆ ਉਹਦੇ ਕੋਲੇ ਜਿਹੜਾ ਇੱਕ ਸੀਵਰੇਜ ਵਿੱਚੋਂ ਪਾਣੀ ਲਗਾਤਾਰ ਲੀਕ ਹੋ ਰਿਹਾ ਆ ਤੇ ਉਹ ਜਿਹੜਾ ਇੱਕ ਤਰ੍ਹਾਂ ਦਾ ਨੁਕਸਾਨ ਆਉਣ ਵਾਲੇ ਸਮੇਂ ਵਿੱਚ ਕਰ ਸਕਦਾ ਤੇ ਜਿਹੜੀ ਸਮੱਸਿਆ ਇਹ ਕਾਫੀ ਦਿਨਾਂ ਦੀ ਹੈਗੀ ਤੇ ਪ੍ਰਸ਼ਾਸਨ ਜਿਹੜਾ ਆ ਉਹ ਇਹਦੇ ਬਾਰੇ ਬਿਲਕੁਲ ਵੀ ਨਹੀਂ ਸੋਚ ਰਿਹਾ ਹੈਗਾ ਆ ਜਿਵੇਂ ਕਿ ਦੁਕਾਨਦਾਰ ਦਾ ਕਹਿਣਾ ਆ ਸੋ ਆਜੋ ਆਪਾਂ ਇਸ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਵੀਰ ਇਹ ਭਾਅ ਜੀ ਕੀ ਸਮੱਸਿਆ ਆ ਕਿੰਨੇ ਕੁ ਸਮੇਂ ਤੋਂ ਸਮੱਸਿਆ ਆ ਰਹੀ ਤੁਹਾਨੂੰ ਜੀ ਇਹ ਸਮੱਸਿਆ ਤਕਰੀਬਨ ਮਹੀਨੇ ਡੇਢ ਮਹੀਨੇ ਤੋਂ ਹੈਗੀ ਹੈ ਜੀ ਜੀ ਤੇ ਇਹ ਪਾਣੀ ਸਵੇਰ ਨੂੰ ਤਕਰੀਬਨ 9 ਵਜੇ ਅੱਧੇ ਚੱਲਦਾ ਜਿੱਦਾਂ ਇਹ ਘਰਾਂ ਦਾ ਪਾਣੀ ਨਹੀਂ ਲੱਗਦਾ ਹੈਗਾ ਜਿੱਦਾਂ ਪੀਣ ਵਾਲੇ ਪਾਣੀ ਦੀ ਸਪਲਾਈ ਜਿਹੜੀ ਆ ਉਹ ਹੈਗਾ ਜੀ 9:15 ਵਜੇ ਇਹ ਚੱਲਦਾ ਹੈ ਫਿਰ ਜਿੰਨਾ 2 ਘੰਟੇ ਚੱਲਣਾ ਆ ਚੱਲਦਾ ਉਹ ਤੋਂ ਬਾਅਦ ਬੰਦ ਹੋ ਜਾਂਦਾ ਆ ਜੀ ਅਤੇ ਫਿਰ ਸ਼ਾਮ ਨੂੰ ਇੱਦਾਂ ਹੀ ਆ ਜੀ ਅਗਰ ਘਰਾਂ ਦਾ ਹੋਵੇ ਨਾ ਫਿਰ ਇਹ ਲਗਾਤਾਰ ਚੱਲੇ ਲੋਕਾਂ ਦੇ ਘਰਾਂ ਨੂੰ ਵੀ ਇਹ ਪੀਣ ਵਾਲਾ ਪਾਣੀ ਗੰਦਾ ਹੋ ਕੇ ਜਾ ਰਿਹਾ ਯਾਨੀ ਕਿ ਬਿਮਾਰੀ ਦਾ ਘਰ ਆ ਜੀ ਇੱਥੇ ਕੋਈ ਨਹੀਂ ਆਇਆ ਹੈਗਾ ਸਾਰ ਲੈਣ ਜੀ ਕਿੰਨੇ ਕੁ ਸਮੇਂ ਤੋਂ ਸਾਨੂੰ ਸਮੱਸਿਆ ਆ ਰਹੀ ਕਿੰਨੇ ਮਹੀਨੇ ਹੋ ਗਏ ਜਾਂ ਫਿਰ ਕੁਛ ਕੁ ਦਿਨ ਹੋਏ ਆ ਨਹੀਂ ਨਹੀਂ ਡੇਢ ਮਹੀਨੇ ਦੇ ਕਰੀਬ ਕਰੀਬ ਹੈ ਡੇਢ ਮਹੀਨੇ ਤੋਂ ਜ਼ਿਆਦਾ ਹੋਊਗਾ ਘੱਟ ਨਹੀਂ ਠੀਕ ਹੈ ਤੁਸੀਂ ਹੁਣ ਤੱਕ ਇਹਨਾਂ ਨਾਲ ਸੰਪਰਕ ਕੀਤਾ ਇਸ ਬਾਰੇ 'ਚ ਸੰਪਰਕ ਤਾਂ ਜਾਣੀ ਕਿ ਕਈ ਪੱਤਰਕਾਰ ਆਏ ਆ ਜਿੱਦਾਂ ਉਹਨਾਂ ਨੇ ਫੋਟੋਆਂ ਵੀ ਲਾਈਆਂ ਆਪਣੇ ਵੱਲੋਂ ਵੀ ਸੋਸ਼ਲ ਮੀਡੀਆ ਦੇ ਆਵਾਜ਼ ਚੱਕੀ ਆ ਠੀਕ ਹੈ ਜੀ ਅਤੇ ਬਾਕੀ ਹੁਣ ਜਿੱਦਾਂ ਐਮਸੀ ਵਗੈਰਾ ਵੀ ਇੱਧਰ ਗਲੀ ਦੇ ਹੀ ਆ ਜੀ ਲੰਘ ਦੇ ਹੀ ਆ ਜੀ ਕੋਈ ਉਹਨਾਂ ਨੂੰ ਇੱਦਾਂ ਦਾ ਹੈ ਨਹੀਂ ਗਾ ਵੀ ਅਸੀਂ ਇਹਨੂੰ ਦੇਖ ਕੇ ਕਰਵਾਈਏ ਜਾਂ ਕੋਈ ਸਾਨੂੰ ਖੜ੍ਹ ਕੇ ਆਸ਼ਵਾਸ ਨਹੀਂ ਦੇ ਜਾਣ ਬਈ ਭਾਈ ਕੋਈ ਸਮੱਸਿਆ ਆ ਮੋਹਰੇ ਸਾਡੀ ਆ ਹੈਗੀ ਆ ਵੀ ਇੰਨਾ ਕੁ ਟਾਈਮ ਲੱਗਣਾ ਕੋਈ ਇੱਦਾਂ ਦਾ ਆਇਆ ਨਹੀਂ ਹੈਗਾ ਜੀ ਤੁਸੀਂ ਐਸ ਡੀ ਐਮ ਨੂੰ ਜਾਂ ਫਿਰ ਜ਼ਿਲ੍ਹੇ ਦੇ ਜਿਹੜੇ ਅਧਿਕਾਰੀ ਆ ਤਹਿਸੀਲ ਦੇ ਅਧਿਕਾਰੀ ਉਹਨਾਂ ਨੂੰ ਮਿਲੇ ਹੋ ਜੀ ਨਹੀਂ ਨਹੀਂ ਅਸੀਂ ਇੱਦਾਂ ਨਹੀਂ ਮਿਲੇ ਹੈਗੇ ਠੀਕ ਹੈ ਜੀ ਬਹੁਤ ਧੰਨਵਾਦ ਜੀ ਸੋ ਆਜੋ ਆਪਾਂ ਲੋਕ ਇਨਸਾਫ ਪਾਰਟੀ ਦੇ ਸਾਡੇ ਨਾਲ ਮੈਂਬਰ ਜੁੜੇ ਹੋਏ ਆ ਮਨਜੀਤ ਬੇਦੀ ਜੁਣੀ ਐਸ ਸੀ ਵਿੰਗ ਦੇ ਪ੍ਰਧਾਨ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਅੱਗੇ ਵੀ ਇਹ ਚਰਚਾ ਵਿੱਚ ਰਹਿੰਦੇ ਆ ਕਿਉਂਕਿ ਜਦੋਂ ਡਿਵੈਲਪਮੈਂਟ ਦੀ ਗੱਲ ਆਉਂਦੀ ਹੈ ਕਦੇ ਪੁਲ ਦੇ ਵਿੱਚ ਤਰੇੜਾਂ ਆ ਜਾਂਦੀਆਂ ਨੇ ਕਦੇ ਸੜਕ ਦੇ ਵਿੱਚ ਟੋਏ ਪਏ ਹੁੰਦੇ ਤਾਂ ਹਮੇਸ਼ਾ ਅੱਗੇ ਹੋ ਕੇ ਲੋਕਾਂ ਦੇ ਲਈ ਜਿਹੜਾ ਇਹ ਲੜਦੇ ਆ ਸੋ ਆਜੋ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਵੀਰ ਲਗਾਤਾਰ ਸਮੱਸਿਆਵਾਂ ਆ ਰਹੀਆਂ ਅੱਗੇ ਵੀ ਤੁਹਾਡੀਆਂ ਵੀਡੀਓਜ਼ ਆਪਾਂ ਦੇਖੀ ਦੀਆਂ ਤੁਸੀਂ ਲਾਈਵ ਹੋ ਕੇ ਵੀਡੀਓਜ਼ ਪਾਉਣੇ ਹੋ ਤਾਂ ਇੱਕ ਇਹ ਸਮੱਸਿਆ ਕਿਉਂ ਨਹੀਂ ਹੱਲ ਹੋ ਰਹੀਆਂ ਛੋਟੀ ਛੋਟੀਆਂ ਸਮੱਸਿਆਵਾਂ ਲੋਕਾਂ ਨੂੰ ਦੇਖੋ ਕਿੰਨਾ ਜੂਝਣਾ ਪੈ ਰਿਹਾ ਲੋਕਾਂ ਦਾ ਕਿੰਨਾ ਬੁਰਾ ਹਾਲ ਕਿਉਂ ਇੱਦਾਂ ਦੀਆਂ ਸਮੱਸਿਆਵਾਂ ਖੜੀਆਂ ਬਲਾਚੌਰ ਦੇ ਛੋਟੇ ਛੋਟੀਆਂ ਸਮੱਸਿਆਵਾਂ ਨਾ ਸਰਕਾਰ ਦੀਆਂ ਪੋਲ ਖੋਲਦੀਆਂ ਜਿਹੜੀ ਸਰਕਾਰ ਡਿਜੀਟਲ ਇੰਡੀਆ ਦੀ ਗੱਲ ਕਰਦੀ ਆ ਇਹ ਸਿਰਫ ਪੇਪਰਾਂ ਦੇ ਉੱਤੇ ਡਿਜੀਟਲ ਲਿਖਿਆ ਜਿਹੜਾ ਪੇਪਰਾਂ 'ਤੇ ਡਿਜੀਟਲ ਲਿਖਿਆ ਜਾਂਦਾ ਆ ਅਤੇ ਜੇ ਗਰਾਊਂਡ ਲੈਵਲ 'ਤੇ ਦੇਖਿਆ ਜਾਵੇ ਅੱਜ ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਇਸ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਹੋ ਦੁਕਾਨਦਾਰਾਂ ਨੇ ਵਿਚਾਰਿਆਂ ਨੇ ਪੈਪ ਔਰ ਮਿੱਟੀ ਪਾ ਕੇ ਇਸ ਦਾ ਆਪ ਹੱਲ ਕੀਤਾ ਔਰ ਸਭ ਤੋਂ ਵੱਡੀ ਗੱਲ ਇੱਥੇ ਦਾ ਜਿਹੜਾ ਪ੍ਰਸ਼ਾਸਨ ਚਾਹੇ ਐਸ ਡੀ ਐਮ ਦਫ਼ਤਰ ਆ ਔਰ ਪੁਲਿਸ ਵਿਭਾਗ ਦੇ ਇੱਥੇ ਡੀ ਐਸ ਪੀ ਦਫ਼ਤਰ ਔਰ ਜੱਜ ਦੀ ਇੱਥੇ ਕੋਠੀ ਆ ਉਹਦੇ ਸਾਹਮਣੇ ਬਿਲਕੁਲ ਡੇਢ ਮਹੀਨੇ ਤੋਂ ਲੀਕੇਜ ਹੋ ਰਹੀ ਆ ਔਰ ਇਹ ਕੋਈ ਲੁਕੀ ਉਹ ਚੀਜ਼ ਨਹੀਂ ਹੈਗੀ ਇਹਨਾਂ ਅਫਸਰਾਂ ਦੇ ਜਿਹੜੇ ਸ਼ਹਿਰ ਦੇ ਔਰ ਹਲਕੇ ਦੇ ਮੁੱਖ ਅਫਸਰ ਆ ਉਹਨਾਂ ਦੇ ਮੋਹਰੇ ਸੀਵਰੇਜ ਦੀ ਲੀਕੇਜ ਆ ਅੱਜ ਡੇਢ ਮਹੀਨਾ ਬੀਤਣ 'ਤੇ ਵੀ ਇੱਥੇ ਕੋਈ ਜਿਹੜਾ ਇਹਦਾ ਹੱਲ ਨਹੀਂ ਕੀਤਾ ਔਰ ਇੱਥੇ ਤੱਕ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੇ ਇਹਨੂੰ ਸਧਾਰਨਾਂ ਦਾ ਦੂਰ ਦੀ ਗੱਲ ਸੀ ਇਹਨੂੰ ਦੇਖਣਾ ਵੀ ਕੋਈ ਇਹਨਾਂ ਨੇ ਕੋਈ ਚੰਗਾ ਨਹੀਂ ਸਮਝਿਆ ਔਰ ਜਿਹੜਾ ਐਮ ਐਲ ਏ ਸਾਹਿਬ ਇੱਥੇ ਡਿਜੀਟਲ ਗੱਲਾਂ ਕਰਦੇ ਆ ਇੱਥੇ ਹੁਣ ਬਲਾਚੌਰ ਦੇ ਵਿੱਚ ਗੈਸ ਪਾਈਪਲਾਈਨ ਪਾਈ ਜਾ ਰਹੀ ਆ ਉਹ ਯਾਰ ਜਿੱਥੇ ਤੁਹਾਡੇ ਕੋਲ ਸੀਵਰੇਜ ਦੀ ਲੀਕੇਜ ਤਾਂ ਬੰਦ ਨਹੀਂ ਹੁੰਦੀ ਜੇ ਗੈਸ ਦੀ ਕਿਤੇ ਲੀਕੇਜ ਹੋ ਗਈ ਉੱਥੇ ਤੁਸੀਂ ਲੋਕਾਂ ਨੇ ਤਾਂ ਮਤਲਬ ਬਲਾਚੌਰ ਦੇ ਲੋਕਾਂ ਨੂੰ ਮਰਵਾ ਦੇਵਾਂਗੇ ਬਿਲਕੁਲ ਇਹ ਬੜਾ ਜਿਹੜਾ ਹੈਗਾ ਛੋਟੀ ਛੋਟੀਆਂ ਗੱਲਾਂ ਨੂੰ ਜਿਹੜਾ ਕਮੇਟੀ ਨਗਰ ਕੌਂਸਲ ਆ ਜਿਹੜੀ ਜਾਂ ਹੋਰ ਅਧਿਕਾਰੀ ਇਹਨੂੰ ਇਗਨੋਰ ਕਰਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਕਿ ਇਹਨਾਂ ਦਾ ਹੱਲ ਜਲਦੀ ਕੀਤਾ ਜਾਵੇ ਨਹੀਂ ਤਾਂ ਸਾਨੂੰ ਮਜਬੂਰਨ ਹੋ ਕੇ ਲੋਕ ਇਨਸਾਫ ਪਾਰਟੀ ਨੂੰ ਐਮ ਐਲ ਏ ਦਫ਼ਤਰ ਦਾ ਘਰਾਓ ਜਾਂ ਐਸ ਡੀ ਐਮ ਦਫ਼ਤਰ ਘਰਾਓ ਕਰਨਾ ਪਵੇਗਾ ਅਤੇ ਇਹਦੇ ਲਈ ਫਿਰ ਲੋਕ ਇਨਸਾਫ ਪਾਰਟੀ ਪਿੱਛੇ ਨਹੀਂ ਹਟੇਗੀ ਜੀ ਮਤਲਬ ਅੱਗੇ ਤੁਸੀਂ ਪਾਰਟੀ ਦਾ ਪਲਾਨ ਕਰ ਰਹੇ ਹੋ ਕਿ ਜੇ ਅਗਰ ਇਹਦਾ ਹੱਲ ਨਹੀਂ ਹੁੰਦਾ ਵੀ ਤੁਸੀਂ ਆਉਣ ਵਾਲੇ ਸਮੇਂ ਵਿੱਚ ਐਮ ਐਲ ਏ ਨੂੰ ਜਿਹੜੀ ਕੋਠੀ ਦਾ ਕਿਰਾਇਆ ਘਰਾਓ ਕਰੋਗੇ ਜੀ ਇਹ ਇਕੱਲਾ ਇੱਕ ਮਸਲਾ ਨਹੀਂ ਅੱਜ ਜਿਹੜਾ ਮੈਂ ਪਿਛਲੇ ਦਿਨ ਇੱਕ ਸੜਕ ਦੀ ਵੀਡੀਓ ਪਾਈ ਸੀ ਉੱਥੇ 2 ਵਾਰੀ ਲੁੱਕ ਪਾ ਚੁੱਕੇ ਆ ਇਹ 3 ਵਾਰੀ ਪੱਥਰ ਪਾ ਚੁੱਕੇ ਔਰ ਸੜਕ ਅੱਜ ਫਿਰ ਦਬੀ ਹੋਈ ਹੈ ਇਸੇ ਤਰ੍ਹਾਂ ਜਿਹੜਾ ਪੁਲ ਦਾ ਇਹਨਾਂ ਨੇ ਕੀਤਾ
पर एम एल ए साहब भी आप मिले थे कि वह तो बहुत डिवेलपमेंट दल्ल भी करते हैं, वो कहें भी आप उधर भी डिवेलपमेंट की आ, सड़क भी बनाई, पहला सड़क का बहुत ज़्यादा बुरा हाल से, इतने पानी खड़ता हों का, हूँ काफ़ी हद तक आप सड़क भी वधिया बनाती है, तो मतलब फिर भी क्यों इस तरह हो रहा है? एम एल ए साहब विकास की गल करते, जो विकास उन्होंने जोड़े उन्होंने चहेते आ पंच सरपंच आ जा नगर कौंसल एम सी आ उन्होंने चहेतियाँ के वार्डों के काम होया आम लोगों के और जोड़े होर पार्टिया के लोग जोड़े हो गए चुने पांच सरपंच उन्होंने वार्डों के कोई काम नहीं है। जे विकास पुरश अपने आप दसते एम एल ए साहब, मैं उन्होंने चैलेंज कर दिया कि एक दिन मेरे नाल कढ़न, आपां शहर तो बाहर नहीं जाना, जिहड़ा शहर का जिहड़ा विकास उन्होंने किया, विकास नहीं जिहड़ा विनाश आ, मैं उन्होंने दिखाऊंगा सिर्फ एक दिन कढ़ना एम एल ए साहब बलाचौर के असं उन्होंने शहर का जिहड़ा विनाश उन्होंने किया, उन्होंने पार्टी ने पिछले चार साल विनाश किया असं दिखावांगे। प्रशासन को की तुसीं मंग करना चाहते हो? प्रशासन नू मंग नहीं, हुण तां मंगां तां बथेरियां, हरेक मंग करदा, असीं हुण चेतावनी दिंदे आ कि जिहड़ियां समस्यावां शहर दीआं हैगीआं जे थोड़े समें दे विच हल ना कीता तां असीं एम एल ए साहब दी कोठी दा घराओ करांगे। बहुत बहुत धन्यवाद जी, धन्यवाद। सो ये सन लोक इंसाफ पार्टी एस सी विंग के जिला प्रधान मनजीत बेदी जिन्हों आप गलबात की है। देखो ये जी समस्या कोई छोटी समस्या नहीं है, जो पानी लगातार रिस रहा है, ये अगे अगे बढ़ता जोड़ा है, लोगों के पीण वाले पानी भी जा रहा है, तो ये काफ़ी सारिया बीमारियां भी लग सकदियां आ ना। ये इस तों अलावा आप होर भी अगे चलो देखते हैं, सानू आप जी हुणी दिखाओगे ये पानी असल में जा कित्थे रहा है, ये बारे दसूगे क्योंकि पानी वो सामने पाइप के पै रहा है, उतो पानी किधर जा रहा, आज आप देखते हैं। मैं कैमरा मैनू कहूँगा मर जाए इधर मारे, इधर देखो किस तरह ये एक दल दल एक तरह का बनया हुआ वा, इतने सड़क के बिल्कुल नाल आए, कोई टोब ये टोबा नहीं है बट सड़क में टोबा बना दिता गया है। इत जी एक होर जी गल है ना, एम एल ए साहब का जो कांग्रेस का विकास आ, अगे सड़क तो 15-20 फुट हड़मा टोभा होंगे, एम एल ए साहब के विकास के ना बिल्कुल सड़क के उत्ते टोभा आ चुका है, ये विकास एम एल ए साहब का। असं तो फिर कहें भी एक दिन कढ़ जो विकास कहें, असं उन्होंने बलाचौर हल्के का विनाश होया दिखावे, एक दिन कढ़ साढ़े लिए। तुसी भीर थोड़ी दुकान है इतने देखो है ना, थानू भी कितनी मुश्किल आ रही, साढ़े को कस्टमर भी आते हैं, स्मैल भी आते, इन बीमारी भी कोई लग सकती है, प्रशासन को तुसी की मांग करते हो? वो तो है ही है जी, बीमारी का घर वा, अभी तो यही मांग करते हैं भी जल्दी तो जल्दी इनू देखा जाए, ठीक किया जाए, क्योंकि यह पीने वाला पानी है लोगों के घर जाता है, हले ये लोगों को बहुता पता नहीं है, जो तो पता लगना फिर मन लगता भी एम एल ए साहब के या एस डी एम दफ्तर का फिर घराओ तो फिर पक्का ही है, जब लोग उठ के आएंगे। बहुत बहुत धन्यवाद जी। सो भीर साढ़े ना जे जुड़े हुए है ना, जरा रास्ता है कला सिर्फ गढ़शंकर रोड नहीं है, ये जरा रास्ता आ नानक निर्वैर सचखंड धाम जोड़ा है कि एक इतिहासिक गुरद्वारा साहब आ उधर जाता है, सो भीर सू थोड़ा जहाँ बारे भी दसूगे। हेलो तो जी, वाहगुरू जी का खालसा वाहगुरू जी की फतह जी, निरपक्ष पोस्ट टीवी का मैं धन्यवाद करा जी, इन्होंने आवाज़ सुनी है जी जी, और ये जरूरी सड़क का मसला नहीं है जी जी, इधर साढ़े को गुरद्वारा इतिहासिक संत बाबा बलवंत सिंह जी का टांडे वाल, अज तो सानू भी एक महीना हो चलिया जी, पूरा ही देखते हैं ये जी जी, और इदा कोई हल नहीं किया जाता जी जी जी, जिहड़े साडे एम सी साहब ने जां कोई होर भी इत्थे दे प्रधान ने जी जी, वो कोई नहीं गलबात सुनते जी जी जी, ये इस तरह दुकानदारां नू भी तंगी आ रही है, सब तो ज़्यादा कि इधरों गुरद्वारा साहब नू गड्डियां आउंदियां जी, मस्सिया ते भी आउंदियां, जदों संगरां दा उदों भी आउंदी दुनिया संगत आउंदी, बहुत गुरद्वारा साहब इतिहासिक है जी जी जी, और असी यही बेनती करते हैं कि जल्दी तो जल्दी इनू ठीक किया जाए, इहदा हल कढ़िया जाए, इस तरह ना इनू छड्डन, इस चीज़ के नाल होर भी नुकसान हो सकता है जी, कोई गड्डी मोटर बिच डिग सकती है उहदा भी नुकसान हो सकता है जी जी। ये समस्या भाजी हुण दी है जां पहला भी इदां दी समस्या है कि हुण ये समस्या आई जी? ये समस्या भाजी बस लगातार महीना डेढ़ महीनिया तो ही है जी, इधरों पानी मतलब कि आउंदा जिद्दां मतलब कि इत्थे ही आके पैंदा सीगा, पानी बहुत खड़दा सीगा जी जी, और इधरों भी सारिया गलियां गुरद्वारा साहब दियां भी टुटियां हुई हैं जी जी जी, कोई विकास नहीं हो रहा जी शहर का जी जी, हाँ ठीक है जी, चलो बहुत बहुत धन्यवाद जी। सो साढ़े नाल इत्थे एक दुकानदार भी है, एक होर दुकानदार आप इन्हां नाल भी गलबात कर लैंदे आ, इत्थे जे के जिहड़ी मोटर से दुकान हैगी है ठीक है, अंदर उन्हां दे वर्करां नाल भी गलबात कर लैंदे आ। सत श्री अकाल जी, भाई थोड़ी इतने दुकान आ मोहरे थोड़े लगातार पानी रिस रहा है ना, थोड़े को गाहक भी आते हैं, की कहना चाहते हो, क्यों ये प्रशासन को मांग करते हो? बस ये छेती छेती हल किया जाए यार, होर तो बस जिन्ना छेती छेती हों पानी की दिक्कत तो हैगी, दिक्कत आ रही है पानी के, हाँ जी हाँ जी, ये दिक्कत जे मान लो नहीं हल हों अगे बढ़ सकती है जी,
ਫਿਰ ਪਾਣੀ ਹੋਰ ਰਿਸੂਗਾ, ਫਿਰ ਇੱਧਰ ਪਿੱਛੇ ਵੀ ਘਰਾਂ 'ਚ ਪਾਣੀ ਪੈਂਦਾ, ਠੀਕ ਹੈ ਨਾ, ਛੇਤੀ ਛੇਤੀ ਹੋ ਜਾਵੇ ਹੱਲ ਵਧੀਆ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤਰ੍ਹਾਂ ਜਿਹੜਾ ਆ ਪਾਣੀ ਜਿਹੜਾ ਆ ਉਹ ਲੋਕਾਂ ਦੇ ਪੀਣ ਵਾਲੇ ਪਾਣੀ ਜਾ ਰਿਹਾ, ਟੋਬਾ ਜਿਹੜਾ ਆ, ਮੈਂ ਕੈਮਰਾਮੈਨ ਨੂੰ ਮਾੜਾ ਜਿਹਾ ਕਹੂੰਗਾ ਇੱਧਰ ਦੂਰ ਤੱਕ ਕੈਮਰਾ ਘੁਮਾਵੇ ਕਿ ਟੋਬਾ ਪਹਿਲਾਂ ਜਿਹੜਾ 15-20 ਫੁੱਟ ਦੂਰ ਹੁੰਦਾ ਸੀਗਾ, ਬਟ ਹੁਣ ਜਿਹੜਾ ਉਹ ਸੜਕ ਦੇ ਬਿਲਕੁਲ ਨਾਲ ਬਣਦਾ ਜਾ ਰਿਹਾ, ਅੱਗੇ ਅੱਗੇ ਜਿਹੜਾ ਦਲਦਲ ਆ ਉਹ ਵੱਧਦਾ ਜਾ ਰਿਹਾ ਆ। ਸੋ ਜਿਹਦੇ ਨਾਲ ਜਿਹੜੀ ਆਮ ਲੋਕਾਂ ਦੀ ਸਮੱਸਿਆ ਹੈ ਉਹ ਅੱਗੇ ਵੱਧ ਸਕਦੀ ਆ। ਸੋ ਮੈਂ ਅਸੀਂ ਵੀ ਆਪਣੇ ਚੈਨਲ ਵੱਲੋਂ ਪ੍ਰਸ਼ਾਸਨ ਤੋਂ ਇਹੀ ਉਮੀਦ ਕਰਦੇ ਹਾਂ ਕਿ ਜਿਹੜੇ ਇਸ ਮਸਲੇ ਨੂੰ ਜਲਦ ਤੋਂ ਜਲਦ ਸੁਲਝਾਇਆ ਜਾਵੇ, ਆਮ ਲੋਕਾਂ ਦੀ ਜਿਹੜੀ ਗੱਲਬਾਤ ਆ ਉਹ ਸੁਣੀ ਜਾਵੇ। ਸੋ ਦੇਸ਼ ਦੁਨੀਆ ਦੀ ਖਬਰਾਂ ਤੁਹਾਡੇ ਨਾਲ ਇਸੇ ਤਰ੍ਹਾਂ ਸਾਂਝੀਆਂ ਕਰਦੇ ਰਹਾਂਗੇ। ਦੇਖਦੇ ਰਹੋ ਨਿਰਪੱਖ ਪੋਸਟ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਯੂਟਿਊਬ 'ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ 'ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।